ਕੀ ਹਾਲ ਚਾਲ ਆ ਗਏ ਕਰਨ ਔਜਲੇ ਦੀ ਫੋਟੋ ਸਟੇਟ ਦੇ ਨਾਲ ਓਰਿਜਿਨਲ ਬਾਅਦ ਚ ਉਤਰਦੇ ਮਾਰਕੀਟ ਚ ਕਾਪੀਆਂ ਪਹਿਲਾਂ ਪਹੁੰਚ ਜਾਂਦੀਆਂ ਟੂ ਮੱਚ ਫਾਸਟ ਕੰਮ ਚੱਲ ਪਿਆ ਅੱਜ ਆਪਾਂ ਗੱਲ ਕਰਾਂਗੇ ਕਰਨ ਔਜਲੇ ਦੀ ਫੋਟੋ ਸਟੇਟ ਕਾਪੀ ਦੀ ਐਸ ਛੁੰਨੇ ਦੀ ਅੰਨੀ ਦੇ ਇੱਧਰ ਆ ਗਿਆ ਐਸ ਛੁੰਨੇ ਦੀ ਜਿੱਥੇ ਜੀ ਕਰਦਾ ਉੱਥੇ ਹੀ ਲੱਛਣ ਖਿਲਾਰ ਕੇ ਬਹਿ ਜਾਂਦਾ ਇਹਨਾਂ ਦੇ ਭਾਣੇ ਇਹ ਤਾਂ ਟੈਲੈਂਟ ਹੈ ਆਓ ਫਿਰ ਟੈਲੈਂਟ ਚੈੱਕ ਹੀ ਕਰ ਲਈਏ 5-7 ਲੱਖ ਦਾ ਸ਼ੋਅ ਲਵਾਉਣਾ ਤਾਂ ਕਰਨ ਔਜਲਾ ਬੁਲਾ ਲਓ ਜੇ 250-300 ਦਾ ਲਵਾਉਣਾ ਤਾਂ ਇਹਨੂੰ ਬੁਲਾ ਲਓ ਕੋਈ ਫਰਕ ਨਹੀਂ ਗਾ ਫਾਇਦਾ ਤੁਹਾਡਾ ਹੀ ਹੋਊਗਾ ਉਹ ਇਕੱਲਾ ਗਾ ਕੇ ਜਾਊਗਾ ਇਹ ਡਾਂਸ ਵੀ ਕਰਕੇ ਜਾਊਗਾ ਠੱਕੀ ਬੰਦੇ ਨਾ ਚੋਂ ਵੀ ਠਰਕ ਪਾ ਦੇ ਕਿਹਦਾ ਪਾਗਲ ਨੇ ਇਹ ਪਰ ਜੋ ਵੀ ਆ ਫੁੱਦੂ ਤਾਂ ਹੈਗਾ ਹੀ ਆ FUDDU ਫੁੱਦੂ ਕੋਈ ਕਹਿੰਦਾ ਪਾਗਲ ਨੇ ਇਹ ਮੂੰਹ ਨਹੀਂ ਵੇਖਦਾ ਜਿੱਥੇ ਜੀ ਕਰਦਾ ਉੱਥੇ ਰੀਲਾਂ ਬਣਾਉਣ ਲੱਗ ਜਾਂਦਾ ਸਾਰੀ ਟੱਟੀ ਕਰਨ ਦੀ ਵੀ ਕੋਈ ਥਾਂ ਹੁੰਦੀ ਆ ਪਰ ਰੀਲਾਂ ਬਣਾਉਣ ਦੀ ਨਹੀਂ ਨਹੀਂ ਜਿੱਥੇ ਲੱਛਣ ਖਿਲਾਰਨੇ ਉੱਥੇ ਹੀ ਲੱਗ ਜਾਂਦੇ ਆ ਕਰਦਾ ਵੇਖ ਜਿਵੇਂ ਚੂਲਾ ਟੁੱਟਿਆ ਹੁੰਦਾ ਅੰਨੀ ਦਾ ਜਾ ਭਰਾਵਾ ਧੁੱਪ ਚ ਟੈਨ ਨੀ ਗ੍ਰਹਿਣ ਨਾ ਲੱਗ ਜੇ ਕਿਤੇ ਜੇ ਰੱਬ ਨੇ ਤੇਰਾ ਆਹ ਸਟੈਪ ਵੇਖ ਲਿਆ ਨਾਲੇ ਕਹਿੰਦਾ ਅੱਖਾਂ ਤੋਂ ਸ਼ੇਡ ਲਾਏ ਨੀ ਨਾਲੇ ਨਾ ਕੇ ਵਿਖਾਈ ਜਾਂਦਾ ਮੈਨੂੰ ਸਮਝ ਨੀ ਉਹਨਾਂ ਦੀ ਕ੍ਰੀਏਟੀਵਿਟੀ ਹੈ ਜਾ ਘੂਸੀ ਭੋਰੀ ਹੈ ਆਹਾ ਦੀਪ ਮਥਾੜੂ ਨਵਾਂ ਮਾਲ ਆ ਗਿਆ ਛੋਲਾਂ ਆਈਆਂ ਗਰਮ ਇੱਕ ਭਾਬੀ ਨੂੰ ਦੇ ਦੀ ਪਤਾ ਨੀ ਕੱਲ ਦੀ ਬਦਲੇ ਜੇ ਕੱਲ ਵੀ ਤਾਂ ਕੋਈ ਗੱਲ ਨੀ ਚੱਕਰ ਜਵਾਨੀ ਜ਼ਿੰਦਗੀ ਹੈ ਚੱਲਦੀ ਤੇਰੇ ਨਾਲ ਵਾਲਾ ਤਾਂ ਪਹਿਲਾਂ ਹੀ ਉੱਧਰ ਨੂੰ ਵੇਖੀ ਜਾਂਦਾ ਨਾਲੇ ਜੇ ਤੇਰੇ ਵੱਲ ਵੇਖ ਵੀ ਗਈ 1% ਮੰਨ ਲਾ ਤੇਰੇ ਵੱਲ ਵੇਖ ਵੀ ਗਈ ਤਾਂ ਫੇਰ ਸੈੱਟ ਹੋ ਗਈ ਘੂਸੀ ਸੋਚਦੇ ਮਾਲਕ ਜਵਾਨੀ ਜ਼ਿੰਦਗੀ ਹੈ ਚੱਲਦੀ ਚੱਲਦੀ ਚਾਲੀ ਤੇ ਮੱਠੀ ਰੱਖ ਦੇ ਸਪੀਡ ਗਾਣੇ ਗੱਡੀਆਂ 'ਚ ਨਾਲੇ ਇਕੱਲੇ ਹੱਥ ਹੀ ਲਾਈ ਜਾਂਦਾ ਲਿਪਸੀ ਨਹੀਂ ਕਰੀ ਜਾਂਦਾ ਚੁੱਪਾ ਲਾਇਆ ਓ ਸੋਰੀ ਚੁੱਪਾ ਚੁੱਕ ਖਾਇਆ ਸੀ ਚੁੱਪਾ ਚੁੱਕਦਾ ਫੈਮ ਹੈ ਜਿਹਦੇ ਮੂਹਰੇ ਖੜਾ ਉਹ ਰੈਂਗਲਰ ਨਹੀਂ ਹੈ ਚੱਲ ਠੀਕ ਹੈ ਕੋਈ ਗੱਲ ਨੀ ਜਿਹੜੀ ਮਿਲੀ ਉੱਥੇ ਵੀਡੀਓ ਬਣਾ ਲਈ ਪਰ ਇਹਨੂੰ ਦੂਜੀ ਗੱਲ ਇਹਨੂੰ ਘੁੰਮਣਾ ਕਹਿੰਦੇ ਆ ਜੇ ਰੈਂਗਲਰ ਵਾਲੇ ਤੇਰੇ ਘਰੇ ਆ ਗਏ ਲੱਥੇ ਲਾਣਗੇ ਸਟੇਅਰਿੰਗ ਖਰਾਬ ਕਰੇਗਾ ਉਹਨਾਂ ਦਾ ਗਿਟਾਰ ਐਂ ਵੱਜਦਾ ਹੁੰਦਾ ਨਾ ਕਿ ਐਂ ਤਾਰਾਂ ਨਾ ਤੋੜਦੀ ਗਿਟਾਰ ਦੀਆਂ ਨਾਲੇ ਜਿੱਥੇ ਨਹੀਂ ਸੋਚਦਾ ਕੁਛ ਉੱਥੇ ਗੋਲੀਆਂ ਚਲਾ ਦਿੰਦਾ ਜਾਂ ਬੰਦੂਕ ਲੋਡ ਕਰ ਦਿੰਦਾ ਜਾਂ ਭੈਣ ਚੋਂ ਬੁੱਟ ਤੇ ਵੀ ਜਿੱਤਰੇ ਗਲ ਵਿੱਚ ਬਾਹ ਪਾਉਣ ਜੋਗੀ ਹੋਈ ਨਹੀਂ ਅੱਲੜੇ ਤੂੰ ਅੱਜ ਕੱਲੀ ਐਂ ਨਿੱਕ ਨੂੰ ਦੇਖ ਲੈ ਅੱਖ ਨਾਲ ਨੂੰ ਦੇਖ ਲੈ ਅੱਖ ਨਾਲ ਓ ਬਾਣੀ ਸੰਧੂ ਆ ਗਈ ਸੀ ਭਾਜੀ ਦੇ ਸ਼ੂਟ ਚ ਅੱਲੜੇ ਤੂੰ ਅੱਜ ਕੱਲੀ ਐਂ ਨਿੱਕ ਨੂੰ ਦੇਖ ਲੈ ਅੱਖ ਨਾਲ ਅੱਖ ਤੂੰ ਮਲਾਉਣ ਜੋਗੀ ਹੋਈ ਨਾਲੇ ਕਰੀ ਜਾਂਦਾ ਨਾਲੇ ਐਨਕਾਂ ਚ ਵੇਖ ਲਾ ਅੱਖ ਨਾਲ ਅੱਖ ਮਲਾਉਣ ਜੋਗੀ ਨਹੀਂ ਹੋਈ ਨਾਲੇ ਐਨਕ ਲਾ ਕੇ ਫਿਰ ਅੱਖ ਨਾਲ ਅੱਖ ਮਲਾਈ ਜਾਂਦਾ ਕ੍ਰੀਏਟੀਵਿਟੀ ਕਿ ਕੁਸੀ ਜੀ ਯੂ ਹੀ ਹੈ ਦੋਸਤੋ ਕਰਨ ਔਜਲਾ ਤਾਂ ਚੱਲਦਾ ਰਹੂਗਾ ਕਰਨ ਔਜਲੇ ਦੀ ਕਾਪੀ ਤਾਂ ਚੱਲਦੀ ਰਹੂਗੀ ਪਰ ਹੁਣ ਟਾਈਮ ਆ ਗੇਮ ਖੇਡਣ ਦਾ ਆ ਜਾਓ ਗੇਮ ਖੇਡੀਏ ਇੱਕ ਮਿੰਟ ਕਾਫੀ ਲੋਕ ਮੈਨੂੰ ਪੁੱਛਦੇ ਆ ਬਾਈ ਤੂੰ ਗੇਮ ਖੇਡਣ ਦੇ ਨਾਲ ਨਾਲ ਪੈਸੇ ਕਿੱਦਾਂ ਕਮਾ ਲੈਂਦਾ ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਫੋਰਾਬੈਟ ਐਪ ਬਾਰੇ ਜਿਹੜਾ ਤੁਹਾਨੂੰ ਗੇਮ ਖੇਡਣ ਦੇ ਨਾਲ ਨਾਲ ਪੈਸੇ ਕਮਾਉਣ ਦਾ ਮੌਕਾ ਦਿੰਦਾ ਬਹੁਤ ਸਾਰੀਆਂ ਗੇਮਸ ਨੇ ਇਹਦੇ ਅੰਦਰ ਜਿਨ੍ਹਾਂ ਨੂੰ ਤੁਸੀਂ ਖੇਡ ਕੇ ਪੈਸਾ ਕਮਾ ਸਕਦੇ ਹੋ ਪਹਿਲਾਂ ਕੀ ਹੁੰਦਾ ਸੀ ਲੋਕ ਕਸੀਨੋ ਖੇਡਦੇ ਸੀ ਬਸ ਸਿਰਫ ਫਨ ਲਈ ਪਰ ਅੱਜ ਕੱਲ੍ਹ ਕਸੀਨੋ ਖੇਡਣ ਦੇ ਨਾਲ ਨਾਲ ਤੁਸੀਂ ਪੈਸੇ ਵੀ ਕਮਾ ਸਕਦੇ ਹੋ ਹਾਂਜੀ ਤੁਸੀਂ ਕੀ ਕਰਨਾ ਫੋਰਾਬੈਟ ਐਪ ਤੇ ਜਾਣਾ ਤੇ ਕਸੀਨੋ ਸਰਚ ਕਰਨਾ ਉੱਥੇ ਬਹੁਤ ਸਾਰੀਆਂ ਗੇਮਸ ਆਉਣਗੀਆਂ ਜਿਨ੍ਹਾਂ ਨੂੰ ਖੇਡ ਕੇ ਤੁਸੀਂ ਪੈਸੇ ਕਮਾ ਸਕਦੇ ਹੋ ਮੈਂ ਵੀ ਆਪਦੇ ਫਰੈਂਡਸ ਨਾਲ ਇੱਦਾਂ ਹੀ ਖੇਡ ਕੇ ਪੈਸੇ ਅਰਨ ਕਰਦਾ
ਆ ਜਾਓ ਗੇਮ ਖੇਡ ਕੇ ਵਿਖਾਈ ਦਿੰਦਾ। ਤੇ ਇੱਕ ਗੱਲ ਦੱਸਦਾ, ਇਹ ਗੇਮ 18 ਪਲੱਸ ਹੈ ਤੇ ਇਹਦੇ ਕੋਲ ਲਾਇਸੈਂਸ ਵੀ ਹੈ। ਬੇਫਿਕਰ ਹੋ ਕੇ ਖੇਡਿਆ ਕਰੋ, ਚਿਲ ਮਡਾਉਣ ਕੋ ਮੈਂ ਪੈਸੇ ਲਾਤੇ ਤੇ ਪਲੇਨ ਚੱਲ ਪਿਆ। ਪਲੇਨ ਦੇ ਕਰੈਸ਼ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਤੁਹਾਡਾ ਕੈਸ਼ ਹੈ ਤੁਸੀਂ ਆਊਟ ਕਰਨਾ ਹੁੰਦਾ। ਜਾ ਰਹੇ ਯੈਸ, ਦੇਖ ਸਕਦੇ ਹੋ ਗਾਇਸ, ਮੈਂ ਅਰਨ ਕਰ ਲਿਆ ਬਹੁਤ ਸਾਰੇ ਪੈਸੇ। ਇੱਕ ਵਾਰੀ ਹੋਰ ਟਰਾਈ ਕਰਾਂਗੇ। ਚਲੋ ਜੀ, ਚਲੋ ਜੀ, ਜਾ ਰਿਹਾ 2x 3x, ਵਾਹ 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 ਵਾਹ, ਯੈਸ, ਫਿਰ ਗਾਇਸ ਆਪਾਂ ਅਰਨ ਕਰ ਲਿਆ ਬਹੁਤ ਸਾਰਾ ਮਨੀ, ਯੈਸ। ਮੈਂ ਵੀ ਤੁਹਾਨੂੰ ਇਹੀ ਪ੍ਰੈਫਰ ਕਰਦਾ, ਫੋਰਾਬੈਟ ਸਾਈਟ ਤੇ ਜਾਓ ਤੇ ਜਾ ਕੇ ਕਸੀਨੋ ਗੇਮ ਨੂੰ ਸਰਚ ਕਰਕੇ ਉਧਰ ਗੇਮ ਖੇਡੋ ਤੇ ਪੈਸਾ ਕਮਾਓ। ਗੇਮ ਖੇਡਣ ਦੇ ਨਾਲ ਨਾਲ ਪੈਸੇ ਕਮਾਉਣ ਦਾ ਸਭ ਤੋਂ ਵਧੀਆ ਜ਼ਰੀਆ ਇਹ। ਇਹਦੇ ਨਾਲ ਪੈਸੇ ਵੀ ਡਿਪੋਜ਼ਿਟ ਕਰ ਸਕਦੇ ਹੋ ਹਰ ਐਪ ਨਾਲ, ਗੂਗਲ ਪੇ, ਪੇਟੀਐਮ ਜਿੱਦਾਂ, ਹਨਾ। ਇਹਦੇ ਨਾਲ ਕਿ ਤੁਹਾਨੂੰ ਬਹੁਤ ਸਾਰਾ ਬੋਨਸ ਮਿਲੂਗਾ। ਤੇ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ, ਜਾ ਕੇ ਐਪ ਨੂੰ ਇੰਸਟਾਲ ਕਰਕੇ ਜਲਦੀ ਜਲਦੀ ਖੇਡਣਾ ਸ਼ੁਰੂ ਕਰੋ ਤੇ ਲਓ ਨਜ਼ਾਰੇ ਮੇਰੇ ਵਾਂਗੂ। ਜਲਦੀ ਜਾਓ। ਵੇਖ ਲੈਂਦਾ ਕਰਨ ਔਜਲਾ ਹੀ ਬਣਿਆ ਫਿਰਦਾ, ਦੋ ਉਂਗਲਾਂ ਲੈਣੀਆਂ, ਪੀੜ ਨਹੀਂ ਹੁੰਦੀ ਤੇਰੇ ਠਰ ਕੇ ਖਸ਼ ਵੇਖ ਹੁੰਦੇ ਡਰ। ਭਗਵਾਨ, ਜਿਨ੍ਹਾਂ ਦੇ ਡ੍ਰੀਮ ਕਦ ਲੈਂਦਾ ਸੀ ਉਹਨਾਂ ਦਾ ਡ੍ਰੀਮ ਗੱਭਰੂ। ਡ੍ਰੀਮ ਲੈਂਦਾ ਕਿੰਨਾ ਦੇ ਸੀ ਗੱਭਰੂ ਉਹ ਤਾਂ ਦੱਸ ਦੇ। ਮਰ ਮੁਕਿਆ ਤੋਂ ਜਿੰਦੇ ਸਵਾਲ ਪੁੱਛਦੀ ਹੈ। ਕਾਲੇ ਗਿੱਟੇ ਕਾਲੇ ਬੂਟ, ਚਿੱਟੀਆਂ ਜਰਾਬਾਂ, ਪੈਂਟ ਨੀ ਸੂਤ, ਇੰਨੀ ਉੱਚੀ ਬੰਨੀ। ਕਹਿੰਦਾ ਮਿੱਤਰਾਂ ਦੀ ਟੌਰ ਤੇ ਕਮੀਆਂ, ਮੈਂ ਕਿਹਾ ਸੁੱਕ ਨਾਲ ਸ਼ਰਤਾਂ ਲੱਗਣ ਜੱਟ ਤੇ। ਸ਼ਰਤਾਂ ਤੇ ਤੇਰੇ ਤੇ ਲੱਗਦੀਆਂ ਨੇ, ਕਦੇ 300 ਕਦੇ 250, ਜਿੱਦੇ ਟ੍ਰਿਮ ਕਰਕੇ ਆਇਆ ਉਹਦੇ 350, 50 ਰੁਪਏ ਰੇਟ ਵੱਧ ਗਿਆ, ਸਾਫ ਹੋ ਗਈ ਨਾ ਅੱਗੇ ਨਾਲੋਂ, ਹਰੇ ਵਾਈ ਜੰਮੀ ਹੋਈ ਸੀ। ਪਿੱਛੇ ਸ਼ੀਸ਼ੇ ਸੁੱਖ ਸੰਘੇੜਾ ਤਾਂ ਵੇਖ ਲੋ, ਕਿੰਨਾ ਨੱਚ ਨੱਚ ਕੇ ਫੀਲ ਲੈ ਰਿਹਾ। ਸ਼ੀਸ਼ੇ ਕੋਲੋਂ ਨਜ਼ਰਾਂ ਲਵਾਲੀਆਂ, ਇੰਨਾ ਫੀਲ ਤਾਂ ਇਹ ਨਹੀਂ ਲੈਂਦਾ ਜੇ ਨੌ ਲੈਂਦਾ ਲੰਡਾ। ਬੈਗ ਦੇਖ ਚੰਗਿਆ, ਛਾਤੀ ਨਾਲ ਲਾ ਕੇ ਇਹ ਸਾਲੇ ਦਿੱਲੀ ਮੈਟਰੋ ਚ ਫਿਰਦਾ। ਇਹਨੂੰ ਜਲੂਸ ਕਹਿੰਦੇ, ਫੈਸ਼ਨ ਫਰੀਕ ਨਹੀਂ। ਵੈਰੀ ਗੋਡੇ ਦੇ ਬੈਂਡ, ਤੂੰ ਹੋਰ ਨਾ ਬੈਂਡ ਪਵਾ ਲਈ ਤੇਰੀ ਕਾਰ ਮਰਸੀਡੀ ਘੋੜੇ। ਇੱਕ ਤਾਂ ਜਿਹੜੀ ਮਰਜ਼ੀ ਕਾਰ ਹੀ ਫੜਾ ਦੇ ਉਹਨੂੰ, ਸਟੀਅਰਿੰਗ ਬੜਾ ਘੁਮਾਉਂਦਾ, ਤੂੰ ਧਿਆਨ ਨਾਲ ਘੁਮਾਇਆ ਕਰ, ਤੂੰ ਰਹਿਣਾ ਵੀ ਪਹਾੜਾਂ ਤੇ ਆ। ਪਤਾ ਆ ਮੈਨੂੰ ਪੁੱਟ ਤੇ ਫੋਨ ਲਾ ਕੇ ਟ੍ਰਾਈਪੋਡ ਨੂੰ ਹੱਥ 'ਚ ਫੜ ਕੇ ਵੀਡੀਓ ਬਣਾ ਰਿਹਾ। ਪੁੱਛਣ ਲਓ ਵੇਖ, ਸਟੇਨ ਗਨ 1000 ਰੁਪਏ ਦਾ ਆ ਜਾਂਦਾ, ਪਹਿਲਾਂ ਕੋਈ ਪੁੱਛਦੇ ਬਾਈ ਜੀ ਆ ਕੇ ਚੱਕੇ ਫਿਰਦੇ ਹੋ, ਅੱਛਾ ਫਿਲਮਾਂ ਬਣਾਉਣੇ ਹੋ, ਅੱਜ ਕੱਲ੍ਹ ਹਰੇਕ ਰੀਲਾਂ ਵਾਲੇ ਕੋਲ ਹੀ ਆ, ਸਾਲੇ ਚੱਕ ਕੇ ਮੂੰਹ ਕਦੇ ਰਿੰਗਲੈਟ ਇੱਧਰ ਨੂੰ, ਚੱਕ ਕੇ ਮੂੰਹ ਕਦੇ ਇੱਧਰ ਨੂੰ, ਅੱਜ ਕੱਲ੍ਹ ਤਾਂ ਵਿਚਾਰੇ ਟ੍ਰਾਈਪੋਡ ਦੀ ਇੱਜ਼ਤ ਵੀ ਨਹੀਂ ਰਹੀ, ਸਟੇਨ ਗਨ ਤਾਂ ਨਹੀਂ ਚੱਕੀ ਫਿਰਦਾ। ਸਾਰਾ ਦਿਨ ਭੱਜਾ ਫਿਰ ਯਾਰੀਆਂ ਦੇ ਕੰਮ ਨਹੀਂ ਮੁੱਖ ਤੇ ਸਮਾਈ, ਪਿੱਛੇ ਪਰਛਾਵਾਂ ਵੇਖ ਖੋਤੇ ਚਿੱਤਰਣ ਜਿੱਡਾ ਪੈਂਦਾ, ਬੱਲਬ ਲਾ ਕੇ ਵੀਡੀਓ ਬਣਾਈ ਹੁੰਦਾ, ਕੋਈ ਚੱਕਰ ਨਹੀਂ ਅੰਕਲ ਜੀ ਲਾ ਦਿਓ, ਲੋਕਾਂ ਦਾ ਮੈਨੂੰ ਵੇਖਣਾ ਰਿੰਗਲੈਟ ਦਾ ਬੜਾ ਇੱਥੇ। ਹੁਣ ਆਏ ਨਾ ਆਖਿਓ, ਕਈ ਕਮੈਂਟਾਂ ਚੱਕ ਦੇਣਗੇ, ਹਾਏ ਹਾਏ ਤੁਹਾਡੇ ਕੋਲ ਰਿੰਗਲੈਟ ਹੈਗੀ, ਤੁਹਾਨੂੰ ਸ਼ਰਮ ਨਹੀਂ ਹੈਗੀ, ਵਿਚਾਰਾ ਕਿੰਨੀ ਮਿਹਨਤ ਕਰਦਾ, ਬੱਲਬ ਲਾ ਕੇ ਵੀਡੀਓ ਬਣਾ ਰਿਹਾ ਹੋਣਾ, ਵਿਚਾਰੇ ਕੋਲ ਰਿੰਗਲੈਟ ਜੋਗੇ ਪੈਸੇ ਨਹੀਂ ਹੋਣੇ, ਤੁਸੀਂ ਗੂਗਲ ਪੇ ਕਰਕੇ ਲਵਾ ਦਿਓ ਉਹਨੂੰ, ਫਿਰ ਆਈਫੋਨ 13 ਕੀ ਭੈਣ ਚ ਬਦਲ ਲੈ ਦਿੱਤਾ। ਭਗਵਾਨ, ਸਾਰਾ ਦਿਨ ਭੱਜਾ ਫਿਰ ਯਾਰੀਆਂ ਦੇ ਕੰਮ ਨਹੀਂ ਭੱਜਾ ਫਿਰ ਯਾਰ। ਓਹੋ ਸ਼ੀਸ਼ੇ ਚ ਨਾ ਵੱਜੀ, ਆ ਵਾਰ ਵਾਰ ਕੱਸਾ ਜਾ ਕਿਉਂ ਮਾਰਦਾ, ਆਪਦੇ ਆਪ ਦੇ ਫੀਲ ਲੈਂਦਾ ਠਰਕੀ। ਪਤਾ ਨੀ ਲੱਗਦਾ ਕਿਹੜੇ ਪਾਪੜ ਹੈ ਜਿਹੜੇ ਐ ਕਰ ਕਰਕੇ ਸਕਾ ਲੈਂਦਾ।
ਕਰੇ ਤਾਂ ਮੈਨੂੰ ਐਂ ਲੱਗਦਾ ਜਿਵੇਂ ਮੈਚਾਂ 'ਚ ਨੱਚਣ ਵਾਲੀਆਂ ਬੁੜੀਆਂ ਨਹੀਂ ਹੁੰਦੀਆਂ, ਉਹ ਹਿਸਾਬ ਹੈ ਇਹਦਾ। ਐਂ ਕਰਦਾ ਮਾਮਾ, ਐਂ ਕਰਕੇ ਐਂ ਐਂ ਵੀ ਕਰ ਲਿਆ ਕਰ। ਆਰ ਖੜੀ ਸੀ ਵਿਚਾਰੇ ਨੂੰ, ਆਏ ਸੀ 5 ਮਿੰਟ ਖੜੂਗੀ ਮੈਂ ਵੀਡੀਓ ਬਣਾ ਲੂੰਗਾ, ਪਰ ਉਹ ਵੀ ਮਾਂ ਦਾ ਪੁੱਤ ਬਾਲਾ ਹੀ ਕਾਲਾ ਸੀ, ਲੈ ਕੇ ਟੱਪ ਗਿਆ। ਕੋਈ ਗੱਲ ਨਹੀਂ, ਸਟੈਪ ਨਹੀਂ ਜਾਣੇ ਚਾਹੀਦੇ। ਚੱਲ ਚੱਲ ਜਾ। ਕੋਈ ਸੈਂਸੈਂਸ ਬਾਤ ਕੀ, ਹਮੇ ਬਹੁਤ ਲੱਗ ਰਹੀ ਉਸ ਟਾਈਮ। ਨੇੜੇ ਮਿਲਦੀ ਨਹੀਂ ਆਉਂਦੀ ਬੀਕਾਨੇਰ ਤੋਂ, ਨਹੀਂ ਆਉਂਦੀ ਬੀਕਾਨੇਰ ਤੋਂ। ਇੱਕ ਮੈਂ ਗੱਲ ਦੱਸਦਾ ਅੰਨੀ ਦੇ, ਇਹ ਆਉਂਦੀ ਨਹੀਂ ਹੁੰਦਾ, ਇਹ ਜਾਂਦੀ ਹੁੰਦਾ ਕੁੱਸੇ। ਅੱਜ ਦੇ ਲਈ ਇਹਨੇ ਯਾਰ, ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਤੇ ਵੀਡੀਓ ਤੋਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਸਬਸਕ੍ਰਾਈਬ ਕਰਕੇ ਜਾਇਆ ਕਰੋ ਨਾ, ਵੇਖ ਕੇ ਚੱਲ ਜਾਂਦੇ ਹੋ, ਸਬਸਕ੍ਰਾਈਬ ਵਾਲਾ ਬਟਨ ਦੱਬ ਕੇ ਜਾਇਓ, ਠੀਕ ਆ ਯਾਰ। ਰੀਲਾਂ ਪਾਓ ਪਰ ਇਹ ਥੋੜੀ ਜਿਹਾ, ਪਤਾ ਨਹੀਂ ਕਿੱਥੋਂ ਟੈਲੈਂਟ ਲੈ ਕੇ ਆਉਂਦੇ ਆ, ਇਹੋ ਜਿਹਾ ਤਾਂ ਸਾਲਾ ਐਕਟਿੰਗ ਸਕੂਲਾਂ 'ਚ ਸਿੱਖਣ ਨੂੰ ਨਹੀਂ ਮਿਲਿਆ ਸਾਨੂੰ ਕਦੇ। ਸਬਸਕ੍ਰਾਈਬ ਕਰਕੇ ਜਾਇਓ, ਤੁਸੀਂ ਤੁਰ ਜਾਂਦੇ ਹੋ ਸਬਸਕ੍ਰਾਈਬ, ਹਾਂ ਜਾਓ। But so well's my life span, try a lot, go get there now, have the best casino game.